ਪ੍ਰੈਸ਼ਰ ਵਿਖਾ ਕਿੱਥੇ ਟਰੈਕਟਰ ਦਾ? ਕਿਹੜਾ ਪ੍ਰੈਸ਼ਰ ਹੈ? ਇਹ ਨਹੀਂ ਪ੍ਰੈਸ਼ਰ ਹੈ, ਗਰਮ ਵਾਲੀ ਹੋਣੀ ਇਹ। ਗਰਮ ਗਰਮ ਦੱਧ ਚ ਹੋਇਆ ਫਿਰ ਤੇ ਪ੍ਰੈਸ਼ਰ ਵੀ ਪ੍ਰੈਸ਼ਰ ਫਿਰ ਘੱਟ ਗਿਆ। ਆਹ ਮਾੜਾ ਜਿਹਾ ਉੱਤੇ ਨੀਗਾ, ਉੱਤੇ ਕਰਨਾ ਪੈਣਾ ਥੱਲੇ। ਹਾਂ ਚੱਲ ਬੈਠੇ ਜ਼ੋਰ ਦਾ ਬੜਾ ਹੈ ਨਾ। ਹਾਂ ਕਲੋਸ ਕਰ ਰਹੀਆਂ ਨੇ ਆਹ ਟਰੈਕਟਰ ਜੀ। ਆਪਾਂ ਲਿਆ ਕਰਤਾਰ ਟਰੈਕਟਰ ਦੇ, ਤੁਹਾਨੂੰ ਖਿਚਾਈ ਦਿਖਾਉਣਾ। ਟਰੈਕਟਰ ਦੀ ਲੀਵਰ ਦੋਵੇਂ ਥੱਲੇ ਕੀਤੇ ਆ। ਆਹ ਮਾੜਾ ਜਿਹਾ ਉੱਤੇ ਨੀਗਾ, ਉੱਤੇ ਕਰਨਾ ਪੈਣਾ ਥੱਲੇ। ਹਾਂ ਕਿੱਥੇ ਚਲਾਉਣਾ ਜੀ? ਇਹ ਕੰਟਰੋਲ ਆ ਵੀ ਦੂਜਾ ਲੀਵਰ ਪੂਰਾ ਥੱਲੇ ਕੀਤਾ ਦੇਖੋ, ਤੇ ਹੁਣ ਖਿਚਾਈ ਕਰਾਉਂਦੇ ਆ। 5236 ਟਰੈਕਟਰ ਟਰੈਕਟਰ ਪਾਉਂਦਾ ਦਾ ਪੂਰਾ ਰੰਗਾੜ ਜੀ, ਤੇ ਹੈ ਛੋਟਾ ਟਰੈਕਟਰ ਤੇ ਹਾਲ 11 ਨੇ ਇਹਦੇ ਪਿੱਛੇ ਬੰਦਿਆਂ ਦੇ ਜ਼ੋਰ 'ਤੇ ਲੱਗਣ ਡਿਆ। ਉਹ ਰੋਕ ਰੋਕ ਮੈਨੂੰ ਥੱਲੇ ਕਰਨਾ ਕਿਤੇ ਰੋਕ, ਬੰਦ ਕਰ ਦੇ ਕਰੀ ਗਰਮ ਗੁਰਮ ਵੇਖ ਲੈ। ਪਹਿਲਾਂ ਤਾਂ ਇਹ ਦੱਸ ਵੀ ਟਰੈਕਟਰ ਦਾ ਖਰਚਾ ਕਿੰਨਾ ਇਹਦਾ? ਮੈਨੂੰ ਤੇਲ ਭਰ ਨੀ ਪਤਾ ਹੈਗਾ ਵੀ ਕਿੰਨਾ ਪੀਂਦਾ ਕਿੰਨਾ ਨਹੀਂ, ਤੇ ਖਿਚਾਈ ਕਿਵੇਂ ਟਰੈਕਟਰ ਦੀ? ਟਰੈਕਟਰ ਦਬਦਾ ਹੁੰਦਾ ਥੋੜਾ ਜਿਹਾ? ਨਹੀਂ ਦਬਦਾ ਯਾਰ, 11 ਕੁਇੰਟਲ 3.5 ਕੁਇੰਟਲ ਦੇ ਆ। ਉਹ ਕੁਆਂਟਲ ਨਿਕਲੇ ਜਾਂ ਥੱਲੇ ਲੱਗੇ ਨਾ ਤੇ ਫਿਰ ਕੁਆਂਟਲ ਤੇ ਕੀ ਲੈਣਾ? ਆਪਾਂ 5 ਕੁਆਂਟਲ ਮਰ ਪਾਈ ਫਿਰ ਠੀਕ ਹੈ ਨਾ ਗਰਮੇਲ? ਹਾਂ ਤੇ ਦੂਜੀ ਗੱਲ ਵੀ ਕੀਮਤ ਕਿੰਨੀ ਹੈ ਇਹਦੀ? ਆ 8.5 ਲੱਖ ਚ ਪੈ ਗਿਆ ਆਪਣਾ ਬਿਲ, ਕਾਪੀ ਪਾ ਕੇ। ਕਾਪੀ ਕੋਈ ਪਾ ਕੇ ਸਾਰਾ ਕੰਪਲੀਟ ਕੰਪਲੀਟ ਕਰਕੇ। ਇੰਜਨ ਕਿੰਨੇ HP ਹੈ ਇਹਦਾ? 55 ਯਾਨੀ ਕਿ 50 HP ਹੋਣਾ ਹਨਾ। 5236 ਕਰਤਾਰ ਟਰੈਕਟਰ ਆ ਤੇ ਬੰਦੇ ਨੂੰ ਤੇਲ ਬਾਰੇ ਤਾਂ ਨਹੀਂ ਪਤਾ ਕਿੰਨਾ ਪੀਂਦਾ ਹੈ, ਤੇ 55 ਦੇ ਹਿਸਾਬ ਨਾਲ 50 ਹੋ ਗਿਆ HP ਸਮਝ ਦੇਣ ਨੂੰ, 50 HP ਹੋਊਗਾ ਤੇ ਕਲੋਸ ਕਰ ਇੰਜਨ ਇਹਦੇ 'ਚ, ਤੇ ਜਾਣ ਬਹੁਤ ਆ ਟਰੈਕਟਰ 'ਚ ਜੇ। ਅਤੇ ਆਪਣੇ ਇਹ ਟਰੈਕਟਰ ਲਿਆ ਗੁਰੂ ਰਸਾ ਤੋਂ, ਅਤੇ ਭਲਵਾਨ ਦੀਆਂ ਹੱਲਾਂ ਬਣੀਆਂ ਨੇ ਤਲਵੰਡੀ ਵਾਲੇ ਦੀਆਂ। ਗੁਰਮੇਲ ਤੂੰ ਨਹੀਂ ਲਾਉਣੇ ਦੋ ਗੇੜੇ, ਮਾੜਾ ਚੈੱਕ ਤਾਂ ਕਰ ਲੈ, ਕਰੀ ਚੈੱਕ। ਹੈਂ ਕਾਲਾ ਬਾਹਲਾ ਆਇਆ ਖੇਤ ਵਾਹੁਣ ਨੂੰ, ਬਾਕੀ ਬੰਦੇ ਫਿਰ ਚੱਲ ਪਿਆ। ਕਿਵੇਂ ਕੀ ਹਾਲ ਨੇ? ਪੱਠੇ ਲਈ ਜਾਣਾ ਵੱਢ ਕੇ ਉੱਧਰ ਦੀ ਕੱਢ ਲੈਣਾ, ਇੱਧਰ ਖਵਾਦਾ ਜਾਏਗਾ। ਹੈਂ ਇਹ ਤਾਂ ਮੈਂ ਚੱਲ ਇੱਧਰ ਦੀ ਲਾਇਆ, ਉਹ ਗੱਲੀਆਂ ਵੱਢੀਆਂ ਨੇ ਅੱਗੇ। ਟਰੈਕਟਰ ਦਾ ਬਿਲਕੁਲ ਧੂੰਆਂ ਨੀਗਾ, ਜਮਾਂ ਵੀ ਧੂੰਆਂ ਨਹੀਂ ਮਾਰਦਾ ਟਰੈਕਟਰ, ਜ਼ੋਰ ਪੂਰਾ ਮਾਰਦਾ ਇਹ। ਹਾਲ ਵੀ ਪੂਰੇ ਛੱਡੇ ਆ ਟਰੈਕਟਰ, ਮਗਰ ਗੋਹੇ ਵੱਜੇ ਅੱਗੇ ਲਿਆ। ਤੇ ਇਹਨੂੰ ਹਿੱਸਾ ਸਵਰਾਜ ਵਾਲਾ ਪਿਛਲਾ ਬੰਦ ਕਰ, 2 ਮਿੰਟ ਟਰੈਕਟਰ ਖੁੱਲ੍ਹ ਕੇ ਚੱਲਿਆ ਨਹੀਂ ਹਨਾ। ਕਿੰਨੇ ਦਿਨ ਹੋ ਗਏ ਲੈਂਦੇ ਇਹਨੂੰ? 4 ਦਿਨ ਹੋਏ ਆ। ਟਰੈਕਟਰ ਦਾ ਵੀ ਬਹੁਤ ਤਗੜਾ ਹਿੱਸਾ ਹਿੱਸਾ ਬਹੁਤ ਵਧੀਆ ਟਰੈਕਟਰ ਦਾ, ਤੇ ਥੋੜ੍ਹਾ ਟਰੈਕਟਰ ਦਬਦਾ ਯਾਰ, ਕਿ ਸਰਵਿਸ ਵਗੈਰਾ ਹੋਣ ਵਾਲਾ। ਬਾਕੀ ਆਹ ਜੇ ਤੁਹਾਨੂੰ ਦੱਸਾਂ, ਇਹ ਟਰੈਕਟਰ ਹੈਗੇ 9 ਹੱਲਾਂ ਵਾਲੇ ਠੀਕ ਆ, ਆ ਜਿਹੜੇ 11 ਨੇ ਇਹ 60 HP ਵਾਲੇ ਆ, ਤੇ ਲੋਕ ਜੇ ਮਰਜ਼ੀ ਪਾਈ ਫਿਰ ਭਾਵੇਂ ਇਹਦੇ ਮਾਰ ਪਾਈ ਫਿਰ 13 ਪਾਈ ਫਿਰ, ਜੇ ਆਪਾਂ ਡੂੰਘੇ ਪਾਉਣੇ ਨਹੀਂ ਤਾਂ ਇਵੇਂ ਗੱਲ ਹੈ, ਗਲਤ ਗੱਲ ਹੈ। ਹਾਂ ਡੂੰਘੇ ਬਹੁਤ ਲਾਈ ਜਾਂਦੇ ਆ, ਅੱਪੜ ਪੈਲੀ ਪਟਣੀ ਬਹੁਤ ਔਖੀ ਆ। ਸਾਰਾ ਕੁਝ ਸਵਰਾਜ ਵਾਲਾ ਪਿੱਛੇ ਲੱਗਾ, ਅੱਗੇ ਇੰਜਨ ਕਲੋਸ ਕਰੇ। ਹਾਂ ਗਿੱਲਾ ਲਾ ਲਾ ਕੇ ਗੇੜਾ, ਤੁਸੀਂ ਇੱਕ ਹੀ ਲਾ ਲਾ ਨਿੱਕਾ ਜਾ,
ਹੈ ਚਲਾ ਕੇ ਤਾਂ ਵੇਖ ਕੇ ਮੈਂ ਲਾਵਾਂ ਇੱਕ ਗੇੜਾ ਚੱਲ ਲਾ ਤੂੰ ਹੀ ਲਾ ਚੱਲ ਫੋਟੋ ਫੋਟੋ ਖਿੱਚ ਦੇ ਕਦੀ ਫੋਟੋ ਫੋਟੋ ਆ ਗਿਆ ਕਹਿੰਦਾ ਟਰੈਕਟਰ ਮੈਂ ਵੀ ਲੈਣਾ ਤੂੰ ਵੀ ਲਿਆਉਣਾ ਇਹਦੇ ਨਾਲ ਇੱਕ ਨੇ ਲਿਆ ਟਰੈਕਟਰ ਆ ਬਾਈ ਨੇ ਲਿਆ ਬਾਈ ਸਤਨਾਮ ਨੇ ਲਿਆ ਬਾਈ ਸਤਨਾਮ ਤੇ 855 ਇਹਨਾਂ ਕੋਲੇ ਗਾ ਟਰੈਕਟਰ ਦੇ ਦਿੱਤਾ ਨਾਲ ਹਾਂ ਉਹ ਦੇਤਾ ਦੇਤਾ ਹਾਂ ਉਹ ਕਹ ਦੇ ਦੋ 850 ਦਾ ਟਰੈਕਟਰ ਚੰਗਾ ਨਹੀਂ ਹੋ ਵੀ ਰੱਖ ਲੈਣਾ ਸੀ ਵਾਈ ਤੇ ਹੈਗੀ 35 40 ਕਿਲਾਂ ਦਾ ਵਾਈ ਆ ਤੇ ਟਰੈਕਟਰ ਦੋ ਚਾਹੀਦੇ ਸੀ ਛੋਟਾ ਛੋਟਾ ਤੇ ਫਿਰ ਉਹ ਛੋਟਾ ਹੀ ਸੀ ਉਹ ਕਿੱਡਾ ਕੁ ਵੱਡਾ ਸੀ ਉਹ ਟਰੈਕਟਰ ਬਹੁਤ ਵਧੀਆ ਤੇ ਗੁਰਮੇਲ ਕਹਿੰਦਾ ਮੈਂ ਤੂੰ ਨਾਲ ਤੂੰ ਕਹਿੰਦਾ 4x4 ਲੈਣੇ ਕਿਹੜਾ ਲੈਣੇ ਕਰਤਾਰ ਹੈ ਨਹੀਂ ਇੱਕ ਇਸ ਤੋਂ ਵੱਡਾ ਆਇਆ ਜਿਹੜਾ 16 ਟਾਇਰਾਂ 'ਚ ਇਹ 14 ਦੇ ਨਾ ਇਹ ਅਸੀਂ 14 ਟਾਇਰਾਂ 'ਚ ਤੇ ਇਹ ਕਹਿੰਦਾ ਮੈਂ ਲੈਣਾ 16 ਦੇ ਟਾਇਰਾਂ 'ਚ ਉਹਨੇ ਆਪਾਂ ਟਰਾਈ ਲੈ ਕੇ ਵੇਖਣੀ 16 ਲੈਣ ਦੀ ਫਿਰ ਫਿਰ ਪਤਾ ਲੱਗੂਗਾ ਬੰਦੇ ਵਿੱਚ ਕੀ ਕੁਛ ਹੈਗਾ ਇਹ ਇੰਜਨ ਦੇ ਨਾ ਬਹੁਤ ਤਗੜਾ ਇੰਜਨ ਕਲੋਸ ਕਰ ਹੈ ਇੰਜਨ ਬਹੁਤ ਜਾਣ ਬਾਕੀ ਸਰਵਿਸ ਹੋਈ ਨਾ ਇੱਕ ਅੱਧੀ ਹੋਰ ਤੇ ਫਿਰ ਜ਼ੋਰ ਮਾਰੋਗੇ ਪੂਰਾ ਨਾਲੇ ਅੱਪੜ ਵਾਹਣ ਪਟਣਾ ਬਹੁਤ ਔਖਾ ਭਾਵੇਂ ਬੇਸ਼ੱਕ ਦੀ ਗਿੱਲਾ ਇਹ ਜਵਾਰ ਵਾਲੇ ਬਹੁਤ ਔਖਾ ਪਟੀਂਦਾ ਇਹਦੇ ਨਾਲ ਤਾਂ ਦੂਜਾ ਗਰਮੇਲ ਤੇਰਾ ਕੀ ਕਹਿਣਾ ਇਹਦੇ ਟਰੈਕਟਰ ਬਾਰੇ ਚੰਗਾ ਵੇਖਣ ਨੂੰ ਵਧੀਆ ਉਦਾਂ ਖਿਚਾਈ ਕੰਮ ਨੂੰ ਵਧੀਆ ਖਿਚਾਈ ਵਧੀਆ ਚਲੋ ਵੀ ਜੋੜੋ ਟਰੈਕਟਰ ਨੂੰ ਅੱਗੇ ਬੜਾ ਉੱਚਾ ਇਹਦੇ ਹੁਣ ਠੀਕ ਹੋਇਆ ਟਰੈਕਟਰ ਜ਼ੋਰ ਮਾਰਦਾ ਪੂਰਾ ਜ਼ੋਰ ਖੁਣਾ ਨੀ ਕਮੀ ਗਈ ਇੱਥੇ ਸਹੀ ਚੱਲ ਰਿਹਾ ਹੈ ਹੁਣ ਜੀ ਆਪਾਂ ਟਾਪ ਲੋ ਲਵਾਇਆ ਬੰਦੇ ਤੋਂ ਗੇਰ ਪਹਿਲੋਂ ਲਾਈ ਜਾਂਦਾ ਪਹਿਲਾਂ ਆਈ ਪਹਿਲਾਂ ਆਈਏ ਥੋੜ੍ਹਾ ਟਰੈਕਟਰ ਦਬਾਅ ਮੰਨਦਾ ਕਿਉਂਕਿ ਸਿਹਤ ਵੀ ਗਿੱਲਾ ਹੁਣ ਲਾਇਆ ਨਾ ਟਾਪ ਲੋ ਹੁਣ ਟਰੈਕਟਰ ਦਬਦਾ ਨਹੀਂ ਬਿਲਕੁਲ ਨਹੀਂ ਦਬਦਾ ਹੈ ਡਰਾਈਵਰ ਸਾਹਿਬ ਰੋਕਦਾ ਹੀ ਨਹੀਂ ਬੜੀ ਕੋਸ਼ਿਸ਼ ਕਰ ਰਿਹਾ ਰੋਕਣ ਦੀ ਰੋਕ ਮਾੜਾ ਜਾ ਉਹ ਟਰੈਕਟਰ 'ਚ ਇੱਕ ਕਮੀ ਹੈਗੀ ਹੈ ਥੋੜ੍ਹੀ ਜਿਹੀ ਇਹਨੂੰ ਵੇਟ ਨਹੀਂ ਦਿੱਤੇ ਕੰਪਨੀ ਨੇ ਵੇਟ ਚਾਹੀਦੇ ਟਰੈਕਟਰ ਨੂੰ ਹਣਾ ਵੇਟਾ ਕਰਕੇ ਮਾਰ ਖਾਂਦਾ ਇਹ ਸਲਿੱਪ ਮਾਰਦਾ ਚੱਲ ਤੋਰ ਇਹ ਜੀ ਇਹਨੂੰ ਵੇਟ ਨਹੀਂ ਦਿੱਤੇ ਕੰਪਨੀ ਨੇ ਵੇਟ ਜ਼ਰੂਰ ਦਿਆ ਕਰੋ ਕੰਪਨੀ ਨੂੰ ਮਿਹਨਤ ਆ ਕਿ ਇਹ ਟਰੈਕਟਰ ਨੂੰ ਕਰਤਾਰ ਨੂੰ ਵੇਟ ਜ਼ਰੂਰੀ ਚਾਹੀਦੇ ਆ ਕਿਉਂਕਿ ਵੇਟਾ ਕਰਕੇ ਇਹ ਟਰੈਕਟਰ ਸਲਿੱਪ ਮਾਰਦਾ ਪੰਮਾ ਬਾਈ ਵੀ ਆ ਗਿਆ ਇੱਧਰ ਉਹ ਤੁਸੀਂ ਤਾਂ ਨਹੀਂ ਕਿਤੇ ਟਰੈਕਟਰ ਲੈ ਆਉਂਦਾ ਜੇ ਕਰਤਾਰ ਕਹਿੰਦੇ ਲਿਆਉਣਾ ਹੁਣ 60 ਲਿਆਈ ਤੇ ਤੇਰਾ ਕੀ ਕਹਿਣਾ ਟਰੈਕਟਰ ਬਾਰੇ ਟਰੈਕਟਰ ਚੰਗਾ ਖਿਚਾਈ ਖਿਚੀ ਨੂੰ ਤੁਸੀਂ ਚਲਾਈ ਜਾਂਦੇ ਹੋ ਉਹ ਚਲਾਈ ਜਾਂਦਾ ਅਸੀਂ ਤਾਂ ਵੇਖਣ ਵਾਲੇ ਮੈਂ ਤਾਂ ਵੇਖੀ ਜਾਂਦਾ ਨਹੀਂ ਕਿਵੇਂ ਚੰਗਾ ਚਲਾਉਣ ਨੂੰ ਟਰੈਕਟਰ ਲੱਗਦਾ ਤਾਂ ਠੀਕ ਆ ਲੱਗਦਾ ਨਹੀਂ ਸਹੀ ਦੱਸ ਜੇ ਚੰਗਾ ਤਾਂ ਚੰਗਾ ਦੱਸ ਜੇ ਥੋੜ੍ਹਾ ਦੱਬਦਾ ਤਾਂ ਵੀ ਦੱਸ ਦੇ ਉਹ ਅੱਗੇ ਅਸੀਂ ਗੱਲ ਕਰ ਚੁੱਕੇ ਵੀ ਕੰਪਨੀ ਨੂੰ ਵੇਟ ਚਾਹੀਦਾ ਟਰੈਕਟਰ ਨੂੰ ਵੇਟ ਨਹੀਂ ਦਿੱਤੇ ਇਹਨਾਂ ਨੇ ਹੈ ਹਰੇਕ ਕੰਪਨੀ ਵੇਟ ਦਿੰਦੀ ਹੈ ਟਰੈਕਟਰ ਨਾਲ ਚਾਹੀਦੇ ਨੇ ਜ਼ਰੂਰੀ ਕੰਪਨੀ ਨੇ ਗੁਜ਼ਾਰਿਸ਼ ਆ ਕਿ ਟਰੈਕਟਰ ਕਰਤਾਰ ਨੂੰ ਵੇਟ ਜ਼ਰੂਰ ਦਿਆ ਕਰੋ ਟਰੈਕਟਰ ਮਾਰਦਾ ਸਲਿੱਪ ਹੈ ਟਰੈਕਟਰ ਦੱਬਦਾ ਤਾਂ ਹੈ ਨਹੀਂ ਖਿਚਾਈ ਪੂਰੀ ਕਰਦਾ ਸਲਿੱਪ ਹੁਣੇ ਮਾਰ ਖਾਧੀ ਜਾਂਦਾ ਐਵੇਂ ਗੱਲ ਹੈ ਨਾ ਆ ਦੇਖੋ ਬਹੁਤ ਜਲਦੀ ਮਾਰੀ ਜਾਂਦਾ ਇੰਨਾ ਸਲਿੱਪ ਨਹੀਂ ਚਾਹੀਦਾ ਕਿ ਤੂੰ ਇਹ ਦੱਸ ਮੈਨੂੰ ਸਹੀ ਗੱਲ ਕੀਤੀ ਗਲਤ ਕੀਤੀ ਆ ਸਹੀ ਸਹੀ ਆ ਸਹੀ ਕੀਤੀ ਇਹਨੂੰ ਵੀ ਆ ਵੇਟ ਨਾ ਡਾਇਰੈਕਟਰ ਤੇ ਆਪਣੇ 85 ਨਾ ਪਾ ਕੇ ਵੇਖੋ ਕਿਵੇਂ ਖਿੱਚਦਾ ਇੱਥੇ ਮੈਂ ਤਾਂ ਅੱਗੇ ਕਈ ਜਣ ਕਿਤੇ ਉਹ ਚੱਲੀ ਲਈਏ ਇੱਥੇ ਇੱਥੇ ਲਈਏ ਉਹ ਫਿਰਦਾ ਪਾ ਲਈਏ ਹਾਂ ਹੁਣ ਤਾਂ ਹਾਲ ਪੂਰੇ ਖਿੱਚਦਾ ਬਾਈ ਇੱਕੋ ਇਹਨੇ ਕਮੀਆਂ ਵੇਟਾਂ ਦੀ ਕੱਲੀ ਇਹਨੂੰ ਵੇਟ ਟਰੈਕਟਰ ਲੱਗ ਜਾਂਦਾ ਟਰੈਕਟਰ ਪੂਰਾ ਜਾਣ ਹੈ ਸਲਿੱਪ ਸਲੁੱਪ ਮਾਰਦਾ ਵੇਟ ਕਰਨ ਆ ਹੋਇਆ ਦੱਬਦਾ ਤਾਂ ਹੈ ਨਹੀਂ ਟਰੈਕਟਰ ਕਹਾਂਗੇ ਸਾਨੂੰ ਥੱਲੇ ਕਰਨਾ ਜੀ ਇਹ ਤਾਂ ਆਪਾਂ ਨੂੰ ਥੱਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਪੰਮਿਆ ਚੱਲ ਭੈਣਾ ਟਾਇਰਾਂ ਨੂੰ ਕੀ ਆ ਉਹ ਹਾਲਾ ਤਾਂ ਬਹੁਤ ਕੰਮ ਕਰੇਗਾ ਉਹ ਲੈ ਹੀ ਭਰਾਂ ਗਿਆ ਬਿੱਟੂ ਗੋਬਿੰਦਗੜੀਆ ਬਹਿ ਗਿਆ ਟਰੈਕਟਰ ਕਰਤਾਰ ਤੇ 911 ਦਾ ਡਰਾਈਵਰ ਆ ਵੇਖੋ ਕੀ ਕਰਦਾ
ਨਹੀਂ ਵੇਟ ਜ਼ਰੂਰੀ ਹੈ ਨਾ ਵੇਟ ਜ਼ਰੂਰੀ ਹੈ ਸਲਿੱਪ ਵਾਲੀ ਦੇ ਜਾਂਦਾ ਬਿੱਟੂ ਗੋਬਿੰਦਗੜੀ ਆਇਆ ਸਾਡਾ ਨਾਲ ਰਿਜੀ ਪੈਲਸ ਇਹਦੇ ਨਾਲ ਪਹਿਲੀ ਵਾਰ ਹੈ ਤੂੰ ਪੰਮਾ ਟਰੈਕਟਰ ਕਰ ਲਈ ਤਿਆਰ ਕੋਈ 585 ਉਹ ਵਾਹ ਵੋ ਕੇ ਵੇਖਿਆ ਕੋਈ ਨਹੀਂ ਜਦੋਂ ਲੈਣਾ ਟਰੈਕਟਰ ਉਹਨੂੰ ਵਾਹੀਏ ਤੇ ਆਪਾਂ ਕਿੱਥੇ ਜੋੜ ਰਹੇ ਦੂਜੇ ਆਪਣੇ ਦੌਰਾਨੀ ਇਲਾਕੇ ਤੋਂ ਅੱਪੜ ਪਿਆ ਜੇ ਖੇਤ ਉਹੀ ਵਾਹਿਆ ਨੀ ਉਹਨੂੰ ਉੱਥੇ ਜੋੜਾਂਗੇ ਸ਼ਾਮ ਨੂੰ ਫਿਰ ਮੈਨੂੰ ਫੋਨ ਕਰ ਲਈ ਜਦੋਂ ਚਲਾਉਣਾ ਠੀਕ ਹੈ ਬਾਕੀ ਬੱਦਲ ਦਾ ਪਤਾ ਨਹੀਂ ਜੇ ਹੁਣ ਮੰਨ ਕੇ ਚੱਲ ਬੰਦਾ ਇੱਕ ਥੋੜ੍ਹਾ ਜਿਹਾ ਵਜ੍ਹਾ ਘੱਟ ਚੱਕਦਾ ਜੇ ਉਹਨਾਂ ਕੋਲ ਵਜ੍ਹਾ ਨਹੀਂ ਚੁਕਾ ਜ਼ਿਆਦਾ ਤਾਂ ਖਿੱਚ ਲੈਗਾ ਬੰਦਾ ਚੁੱਕ ਕੇ ਬਾਅਦ ਥੋੜ੍ਹੀ ਵਾਟ ਲਾ ਜਾਵੇਗਾ ਉਹ ਹਿਸਾਬ ਵੀ ਟਰੈਕਟਰ ਦੇ ਐਚ ਪੀ ਦੇ ਹਿਸਾਬ ਨਾਲ ਮੇਰੇ ਹੱਥ 45 ਜਾਂ 50 ਐਚ ਪੀ ਹੈਗਾ ਉੱਤੇ 51-30 ਲਿਖਿਆ ਫਿਰ ਕਿੰਨਾ ਐਚ ਪੀ ਹੋਵੇ ਇਹ 35 ਐਚ ਪੀ ਹੋਣਾ ਫਿਰ ਜਾ ਉੱਤੇ ਲਿਖਿਆ ਵੀ ਹੋਣਾ ਆ ਹੁਣ ਤਾਂ ਪੂਰੇ ਲਾਈ ਆਉਂਦਾ ਹੀ ਹੋਵੇ ਹਾਂ ਪਹਿਲੀ ਜ਼ਮੀਨ ਪੋਲੀ ਹੋ ਗਈ ਹਾਂ ਅੰਬਲਾ ਬਲੋ ਵੇਖੀ ਟਰੈਕਟਰ ਦੀ ਖੜਦਾ ਜਾ ਜਮਾ ਨੀ ਬਲੋ ਬਲੋ ਟਰੈਕਟਰ ਦੀ ਚੱਲ ਸਾਡੇ ਆ ਬੰਦੇ ਲਾ ਹੀ ਟਰੈਕਟਰ ਟਰੈਕਟਰ ਕਿਵੇਂ ਆਪਣਾ ਹੈ ਚੰਗਾ ਚੱਲਦਾ ਤੂੰ ਚਲਾਇਆ ਕੋ ਨੀ ਤੂੰ ਗੇੜਾ ਲਾ ਕੇ ਵੇਖ ਲੈ ਹੈ ਉਹ ਤਾਂ ਲਾਉਂਦਾ ਪਿਆ ਤੂੰ ਵੀ ਲਾ ਕੇ ਵੇਖ ਲੈ ਵਾਹਣ ਤੂੰ ਹੀ ਹੈ ਤੇ ਫਿਰ ਲਾ ਕੇ ਵੇਖ ਗੇੜਾ ਕਿੰਨੇ ਟਰੈਕਟਰ ਆਇਆ ਇਹ ਤੇ ਪਤਾ ਹੈਗਾ ਤੈਨੂੰ ਕੋ ਨੀ ਸਾਢੇ 8 ਲੱਖ ਉਹ ਵਿੱਚ ਦੇ ਕੇ ਕਿ ਬਿਨਾਂ ਦੇ ਤੋਂ ਬਿਨਾਂ ਉਹ ਕਿੰਨੇ ਦਾ ਕੱਟਾ ਨੇ ਉਹ 380 ਦਾ 380 ਦਾ 855 ਕੱਟਾ ਜੀ 10 ਮਾਡਲ ਸੀ 11 ਸੀ 11 ਮਾਡਲ 380 ਦਾ ਕੱਟਾ ਜੀ 855 ਅਤੇ ਇਹ ਆ ਕੋਈ ਤਾਂ 8.5 ਦੱਸੀ ਜਾਂਦਾ ਕੋਈ ਬੰਨੇ 790 ਦਾ ਦੱਸੀ ਜਾਂਦੇ ਆ ਖੇਤ ਮੈਂ ਗੋਡੇ ਗੋਡੇ ਬਾਅਦ ਟਰੈਕਟਰ ਨੇ ਹੈ ਨਾ ਜਾਣ ਦੇ ਹਿਸਾਬ ਨਾਲ ਹੀ ਇਹ ਬੰਦੇ ਜਦੋਂ ਬੰਦਾ ਕਿੱਥੋਂ ਕੰਮ ਕਰ ਜਾਏਗਾ ਇਵੇਂ ਗੱਲ ਹੈ ਨਾ ਜਾਣ ਬਹੁਤ ਆ ਟਰੈਕਟਰ ਜਾ ਇਹ ਆ ਹੀ ਹੁਣ ਟਰੈਕਟਰ ਆ ਟਰੈਕਟਰ ਚੰਗੇ ਆ ਇੰਜਨ ਕਲੋਸ ਕਰਦੇ ਆ ਟਰੈਕਟਰ ਸਿੱਕੇ ਬੰਦ ਨੇ ਤੂੰ ਸ਼ਾਮ ਨੂੰ ਵਾਹੁਣਾ 85 ਉਹਦਾ ਵੀ ਇੰਟਰਵਿਊ ਆਪਾਂ ਲੈ ਦਿਆਂਗੇ ਜੀ ਤੁਹਾਨੂੰ 85 ਦਾ ਹੈ 91 ਮਾਡਲ 94 ਮਾਡਲ ਲਿਆ ਟਰੈਕਟਰ ਸੈਗਨਰ ਲਿਆਂਦਾ 585 ਅਤੇ ਉਹਦਾ ਵੀ ਤੁਹਾਨੂੰ ਵਿਖਾਉਂਦੇ ਹਾਂ ਵੀ ਸ਼ਾਮਾਂ ਨੂੰ ਅਸੀਂ ਉਹ ਜੋੜਨਾ ਟਰੈਕਟਰ ਅਤੇ ਉਹਦੇ ਵੀ ਹਾਲ ਲੱਗਦੇ ਦਿਖਾਵਾਂਗੇ ਕਿੰਨੀ ਕੁ ਮਾਰ ਚੱਲ ਸਕਦਾ ਉਹ ਟਰੈਕਟਰ